ਇਹ ਹੈ ਕਿ ਜਦੋਂ ਮੈਂ ਪਿਛਲੀ ਵਾਰੀ ਓਪੋਜੀਸ਼ਨ ਲੀਡਰ ਸੀ ਤਾਂ ਇੱਕ ਸਾਈਕਲ ਯਾਤਰਾ ਲੈ ਕੇ ਮੈਂ ਅਸੀਂ ਚੱਲੇ ਸੀ। ਉਹਦੇ 'ਚ ਲਗਭਗ 2000 ਨੌਜਵਾਨ ਸੀਗੇ। ਉਹ ਸਾਈਕਲ ਯਾਤਰਾ ਨੂੰ ਅਕਾਲੀ ਦਲ ਦੀ ਸਰਕਾਰ ਕਿਤੇ ਰੁਕਣ ਨਹੀਂ ਸੀ ਦਿੰਦੀ, ਉਹਨਾਂ ਨੂੰ ਰੋਕਦੀ ਸੀ, ਜਿਹਦੇ ਘਰ ਵੀ ਰੁਕਦੇ ਸੀ ਜਾਂ ਜਿਹੜੇ ਵੀ ਪੈਲੇਸ ਦੇ ਰੁਕਦੇ ਸੀ। ਤਾਂ ਸਾਨੂੰ ਇਹ ਗੁਰਦੁਆਰਾ ਸਾਹਿਬ ਵਾਲਿਆਂ ਨੇ ਉਦੋਂ ਸ਼ਰਨ ਦਿੱਤੀ ਸੀ, ਅਸੀਂ ਉਰੇ ਰੁਕੇ ਸੀ। ਇਹ ਗੁਰਦੁਆਰਾ ਮੋਗੇ ਤੋਂ ਬਾਘਾ ਪੁਰਾਣਾ ਰੋਡ 'ਤੇ ਇਹ ਚੰਦ ਪੁਰਾਣ ਜਗ੍ਹਾ ਹੈਗੀ ਹੈ, ਇੱਥੇ ਗੁਰਦੁਆਰਾ ਸਥਿਤ ਹੈ। ਇੱਥੇ ਅਸੀਂ 2016 'ਚ ਰੁਕੇ ਸੀ। ਅੱਜ ਮੈਂ ਫਿਰ ਮੋਗੇ ਆਇਆ ਤਾਂ ਫਿਰ ਇਸ ਕਰਕੇ ਮੈਂ ਅੱਜ ਗੁਰਦੁਆਰਾ ਸਾਹਿਬ 'ਚ ਇਸੇ ਵਿੱਚ ਦੁਬਾਰੇ ਤੋਂ ਰੁਕ ਰਿਹਾ ਅਤੇ ਇੱਥੇ ਸੌਣਾ ਸਵੇਰੇ। ਰਾਤ ਨੂੰ ਤਾਂ ਹੁਣ ਮੈਂ ਲੋਕਾਂ ਨੂੰ ਮਿਲਣਾ, ਸਵੇਰੇ 4 ਵਜੇ ਅਸੀਂ ਇੱਥੋਂ ਤੋਂ ਜਾਵਾਂਗੇ। ਸਰ, ਸਵਾਲ ਮੇਰਾ ਪਟਿਆਲਾ ਮੇਅਰ ਦੀ ਸੀਟ ਨੂੰ ਲੈ ਕੇ ਆ, ਬੇਭਰੋਸਗੀ ਮਤਾ ਦਿੱਤਾ ਗਿਆ ਅਤੇ ਕਾਫੀ ਵਿਵਾਦ ਹੋ ਰਿਹਾ, ਕੀ ਕਹੋਗੇ? ਮੈਂ ਅਜੇ ਉਹਦੇ ਬਾਰੇ ਜਾਣਕਾਰੀ ਲਈ ਨਹੀਂ ਹੈ, ਲੇਕਿਨ ਇਹ MC ਜਿਹੜੇ ਹੁੰਦੇ ਆ ਉਹਨਾਂ ਦਾ ਪ੍ਰੈਰੋਗੇਟਿਵ ਹੁੰਦਾ, ਉਹ ਜਿਹਨੂੰ ਪ੍ਰਧਾਨ ਰੱਖਣਾ ਚਾਹੁੰਦੇ ਰੱਖਣ, ਜਿਹਨੂੰ ਨਹੀਂ ਰੱਖਣਾ ਚਾਹੁੰਦੇ ਨਾ ਰੱਖਣ। ਸਾਡੀ ਸਰਕਾਰ ਵੱਲੋਂ ਕੋਈ ਇੰਟਰਫੀਰੈਂਸ ਨਹੀਂ ਹੈ। ਸਰ, ਕੈਪਟਨ ਸਾਹਿਬ ਕਹਿ ਰਹੇ ਆ ਕਿ BJP ਵੱਲੋਂ UP ਦੇ ਵਿੱਚ ਪ੍ਰਚਾਰ ਕਰਨਗੇ। ਜ਼ਰੂਰ ਕਰਨ, ਪਹਿਲਾਂ ਕਾਂਗਰਸ ਵੱਲ ਵੀ ਕਰਦੇ ਸੀ। ਅੱਛਾ ਹੈ ਸਰ, ਸੋਨੂ ਸੂਦ ਬਾਰੇ ਵਾਰ ਵਾਰ ਕਿਆਸ ਲਗਾਏ ਜਾ ਰਹੇ ਆ ਕਿ ਕਿੱਧਰੋਂ ਸੀਟ ਲੜਨਗੇ, ਕੀ ਕਹਿਣਾ ਸੋਨੂ ਸੂਦ ਬਾਰੇ? ਇਹ ਤਾਂ ਮੈਨੂੰ ਪਤਾ ਨਹੀਂ ਕਿੱਧਰੋਂ ਲੜਨਗੇ, ਲੇਕਿਨ ਸੋਨੂ ਸੂਦ ਮੈਨੂੰ ਚੰਗਾ ਲੱਗਦਾ ਹੈ ਅਤੇ ਇੱਕ ਤਾਂ ਆਮ ਪਰਿਵਾਰ 'ਚੋਂ ਉੱਠ ਕੇ ਇੱਕ ਬਹੁਤ ਅੱਛਾ ਐਕਟਰ ਬਣਿਆ। ਉਸਨੇ ਸਭ ਤੋਂ ਬੜੀ ਗੱਲ ਹੈ ਜਿਹੜੀ, ਉਹਨੇ ਜਿਹੜੀ ਸਮਾਜ ਸੇਵਾ ਦੇ ਵਿੱਚ ਰੋਲ ਨਿਭਾਇਆ, ਕੋਵਿਡ ਦੇ ਵਿੱਚ ਜਿਹੜਾ ਰੋਲ ਨਿਭਾਇਆ, ਉਹ ਮੈਨੂੰ ਬਹੁਤ ਅੱਛਾ ਲੱਗਦਾ, ਇਸ ਕਰਕੇ ਮੈਂ ਉਹਨੂੰ ਪਿਆਰ ਕਰਦਾ। ਸਰ, ਇੱਕ ਸਵਾਲ ਮੇਰਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੀ ਸੁਰੱਖਿਆ ਲਈ ਕੀ ਕਰ ਰਹੀ ਹੈ ਸਰ, ਕਿਸ ਤਰ੍ਹਾਂ ਦੇ? ਮਹਿਲਾਵਾਂ 100% ਸੁਰੱਖਿਅਤ ਹੈ। ਕਿਸੇ ਨੂੰ ਵੀ ਕੋਈ ਦਿੱਕਤ ਹੈ ਤਾਂ ਉਹਨਾਂ ਦਾ ਭਰਾ ਅੱਜ ਮੁੱਖ ਮੰਤਰੀ ਹੈ, ਮੈਨੂੰ ਜਿੱਥੇ ਮਰਜ਼ੀ ਬੁਲਾਓ। ਸਨੈਚਿੰਗ ਦੇ ਕੇਸ ਬਹੁਤ ਜ਼ਿਆਦਾ, ਰੇਪ ਕੇਸ ਦੀ? ਕੋਈ ਰੇਪ ਦਾ ਕੇਸ ਨਹੀਂ ਹੋਇਆ ਪਿਛਲੇ ਦਿਨਾਂ 'ਚ, ਕੋਈ ਸਨੈਚਿੰਗ ਦਾ ਕੇਸ ਨਹੀਂ ਹੈ। ਜੇ ਕੋਈ ਹੈਗਾ ਤੁਸੀਂ ਮੈਨੂੰ ਦੱਸੋ, ਪੁੱਠਾ ਟੰਗ ਦਾਂਗੇ। ਥੈਂਕ ਯੂ।